ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪਣੇ ਵੀਰ ਲਖਵਿੰਦਰ ਸਿੰਘ ਦੀ ਗੁਰੂ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਹ ਦੀਆਂ ਤੰਦਾਂ ਦੇ ਨਾਲ ਬੱਧਾ ਹੋਇਆ ਇਹ ਸਾਰਾ ਸੰਸਾਰ ਹੈ, ਅਤੇ ਅਸੀਂ ਸਭ ਤੋਂ ਜ਼ਿਆਦਾ ਪਰਿਵਾਰ ਦੇ ਨਾਲ ਪਿਆਰ ਕਰਦੇ ਹਾਂ। ਜਿਹੜਾ ਸਾਡਾ ਆਪਣਾ ਪਰਿਵਾਰ ਹੁੰਦਾ ਨਾ, ਅਸੀਂ ਉਸ ਆਪਣੇ ਪਰਿਵਾਰ ਦੇ ਨਾਲ ਪਿਆਰ ਕਰਦੇ ਹਾਂ, ਅਤੇ ਪਿਆਰ ਸਾਨੂੰ ਸਭ ਤੋਂ ਜ਼ਿਆਦਾ ਆਪਣੇ ਬੱਚਿਆਂ ਨਾਲ ਹੁੰਦਾ ਹੈ। ਬੱਚਿਆਂ ਨੂੰ ਕੋਈ ਵੀ ਦਰਦ ਹੋਵੇ, ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਆ ਜਾਏ, ਤੱਤੀ ਹਵਾ ਲੱਗੇ, ਅਤੇ ਮਾਪੇ ਜਿਹੜੇ ਨੇ ਉਹ ਤੜਫਣ ਲੱਗ ਪੈਂਦੇ ਨੇ, ਉਹਨਾਂ ਦਾ ਦਿਲ ਤੜਫਣ ਲੱਗ ਪੈਂਦਾ ਹੈ ਕਿ ਸਾਡੇ ਬੱਚਿਆਂ ਨੂੰ ਕੀ ਹੋ ਗਿਆ। ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਕਿ ਜਿਹੜੇ ਜਾਨਵਰ ਨੇ, ਪਸ਼ੂ ਪੰਛੀ ਵੀ ਨੇ ਜਿਹੜੇ, ਉਹ ਵੀ ਆਪਣੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੰਦੇ ਨੇ, ਜਾਨ ਦਾਅ ਤੇ ਲਗਾ ਦਿੰਦੇ ਨੇ ਵੀ ਸਾਡੇ ਬੱਚਿਆਂ ਨੂੰ ਕੁਝ ਨਾ ਹੋਵੇ। ਅਸੀਂ ਤਾਂ ਇਨਸਾਨ ਹਾਂ, ਜਦੋਂ ਛੋਟੇ ਛੋਟੇ ਬੱਚਿਆਂ ਨੂੰ ਅਸੀਂ ਸਵੇਰੇ ਸਕੂਲ ਦੇ ਵਿੱਚ ਭੇਜਦੇ ਹਾਂ ਨਾ, ਤਿਆਰ ਕਰਕੇ, ਮਾਂ ਤਿਆਰ ਕਰ ਰਹੀ ਹੁੰਦੀ ਹੈ, ਅਤੇ ਮਾਂ ਦੇ ਮਨ ਦੇ ਵਿੱਚ ਇੱਕ ਪਿਆਰ ਹੁੰਦਾ ਹੈ ਬੱਚਿਆਂ ਨੂੰ, ਉਹਨੂੰ ਉਹਨਾਂ ਦੀਆਂ ਬੋਤਲਾਂ ਵਿੱਚ ਪਾਣੀ ਭਰ ਕੇ ਦਿੰਦੀ ਹੈ, ਉਹਨਾਂ ਨੂੰ ਸੋਹਣੀਆਂ ਵਰਦੀਆਂ ਪਾਉਂਦੀ ਹੈ, ਕੱਪੜੇ ਵਧੀਆ ਪਾਉਂਦੀ ਹੈ, ਰੋਟੀ ਖਵਾਉਂਦੀ ਹੈ, ਦੁੱਧ ਪਿਲਾਉਂਦੀ ਹੈ, ਅਤੇ ਨਾਲ ਟਿਫਨ ਤਿਆਰ ਕਰਕੇ ਭੇਜਦੀ ਹੈ, ਅਤੇ ਆਖਦੀ ਹੈ ਬੱਚਿਓ ਧਿਆਨ ਨਾਲ ਜਾਇਓ ਅਤੇ ਵਾਪਸ ਧਿਆਨ ਨਾਲ ਆਇਓ, ਲੜਨਾ ਨਹੀਂ ਕਿਸੇ ਨੇ, ਆਰਾਮ ਨਾਲ ਜਾਣਾ, ਆਰਾਮ ਨਾਲ ਆਉਣਾ। ਉੱਧਰ ਜਦੋਂ ਮਾਂ ਦੇਖਦੀ ਹੁੰਦੀ ਵੀ ਹੁਣ ਬੱਚਿਆਂ ਦਾ ਨਾ ਟਾਈਮ ਹੋ ਗਿਆ ਛੁੱਟੀ ਦਾ, ਅਤੇ ਮੇਰੇ ਬੱਚਿਆਂ ਨੇ ਹੋਰ ਅੱਧੇ ਘੰਟੇ ਤੱਕ, 15 ਮਿੰਟ ਤੱਕ ਵਾਪਸ ਘਰ ਨੂੰ ਆ ਜਾਣਾ, ਅਤੇ ਕਿੰਨਾ ਚਾਅ ਹੁੰਦਾ ਮਾਪਿਆਂ ਨੂੰ ਕਿ ਬੱਚੇ ਜਿਹੜੇ ਆ ਉਹ ਵਾਪਸ ਘਰ ਆਉਣ ਲੱਗੇ ਹੁੰਦੇ, ਅਤੇ ਮਾਪਿਆਂ ਦੇ ਨਾਲ ਨਾਲ ਉਹਨਾਂ ਬੱਚਿਆਂ ਨੂੰ ਵੀ ਕਿੰਨਾ ਚਾਅ ਹੁੰਦਾ ਕਿ ਅਸੀਂ ਹੁਣ ਵਾਪਸ ਘਰ ਜਾ ਰਹੇ ਹਾਂ, ਹੱਸਦੇ ਖੇਡਦੇ ਜਾ ਰਹੇ ਹਾਂ। ਜਿਹੜੀ ਘਟਨਾ ਇੱਦਾਂ ਦੀ ਘਟ ਗਈ ਹੈ, ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਦੇ ਵਿੱਚ ਇੱਕ ਸਕੂਲ ਸਿਮਰਨ ਜਿਹਦਾ ਨਾਮ ਹੈ ਸਕੂਲ ਦਾ, ਉਸ ਸਕੂਲ ਦੀ ਇੱਕ ਖਸਤਾ ਵੈਨ, ਜਿਹਦੇ ਬਾਰੇ ਮੈਂ ਪੜ੍ਹਿਆ ਫੇਸਬੁੱਕ ਤੋਂ ਕਿ ਉਹ ਵੈਨ ਥੋੜ੍ਹੇ ਚਿਰ ਪਹਿਲਾਂ ਹੀ ਅਜੇ ਲਈ ਗਈ ਸੀ ਕਬਾੜਖਾਨੇ ਵਿੱਚੋਂ, ਉਹ ਵੈਨ ਜਿਹੜੀਆਂ ਵੈਨਾਂ ਕਿੰਨੇ ਸਾਲ ਪਹਿਲਾਂ ਚੱਲਿਆ ਕਰਦੀਆਂ ਹੁੰਦੀਆਂ ਸੀ, ਅਤੇ ਅੱਜ ਵੀ ਉਹ ਜਿਹੜੀ ਵੈਨ ਹੈ ਉਸ ਵੈਨ ਦੇ ਵਿੱਚ ਉਹ ਬੱਚੇ ਜਿਨ੍ਹਾਂ ਦੀ ਗਿਣਤੀ 4 ਦੱਸੀ ਜਾ ਰਹੀ ਹੈ, ਉਹ ਬੱਚੇ ਸੜ ਕੇ ਸੁਆਹ ਹੋ ਗਏ, ਜਿਉਂਦਾ ਹੀ ਸੜ ਗਏ ਉਹ ਬੱਚੇ। ਉਹਦੇ ਪਿੱਛੇ ਘਟਨਾ ਕੀ ਘਟੀ ਇਹ ਤਾਂ ਪੱਕੇ ਤੌਰ 'ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਪਰ ਕੁਝ ਵੀਰ ਦੱਸਦੇ ਨੇ ਕਿ ਉਹ ਸਿਲੰਡਰ ਉੱਤੇ ਚੱਲਦੀ ਸੀ, ਅਤੇ ਉਹ ਸਿਲੰਡਰ ਜਿਹੜਾ ਉਹ ਫਟ ਗਿਆ, ਅਤੇ ਉਹ ਬੱਚੇ ਜਿਉਂਦੇ ਸੜ ਗਏ, ਕੁਝ ਬੱਚਿਆਂ ਨੂੰ ਬਚਾ ਲਿਆ ਗਿਆ, ਪਰ ਜਿਹੜੇ ਕੁਝ ਬੱਚੇ ਸੀ ਉਹ ਬਚ ਨਾ ਸਕੇ, ਉਹਦੇ ਵਿੱਚ ਹੀ ਉਹ ਝੁਲਸ ਗਏ। ਸਵੇਰ ਦੀ ਇਸ ਗੱਲ ਨੂੰ ਮੈਂ ਪੜ੍ਹਿਆ, ਸਵੇਰ ਦਾ ਇਸ ਖਬਰ ਨੂੰ ਮੈਂ ਪੜ੍ਹਿਆ, ਤੁਸੀਂ ਸੱਚ ਜਾਣਿਓ, ਦਿਲ ਕੰਬ ਗਿਆ। ਦਿਮਾਗ ਦੇ ਵਿੱਚ ਵਾਰ-ਵਾਰ ਇੱਕੋ ਗੱਲ ਆਈ ਜਾਂਦੀ ਹੈ ਕਿ ਕੀ ਬਣੂਗਾ ਇਸ ਦੇਸ਼ ਦਾ, ਇਸ ਕੰਟਰੀ ਦਾ, ਜਿੱਥੇ ਛੋਟੇ ਛੋਟੇ ਬੱਚੇ ਸੁਰੱਖਿਅਤ ਨਹੀਂ, ਜਿੱਥੇ ਮਨਾ ਮੂੰਹੀ ਪੈਸੇ ਲੈਂਦੇ ਨੇ ਸਕੂਲ, ਪ੍ਰਾਈਵੇਟ ਸਕੂਲ ਮਨਾ ਮੂੰਹੀ ਪੈਸੇ ਲੈਂਦੇ ਨੇ, ਅਤੇ ਜੇ ਉਹਨਾਂ ਦੇ ਸ਼ੀਸ਼ੇ ਟੁੱਟੇ ਆ ਤਾਂ ਟੁੱਟੇ ਆ, ਮਾੜੇ ਡਰਾਈਵਰ ਰੱਖੇ ਜਾਂਦੇ ਨੇ ਅਤੇ ਰੱਖੇ ਜਾਂਦੇ ਨੇ, ਘੱਟ ਤੋਂ ਘੱਟ ਪੈਸੇ ਲਗਾ ਕੇ ਬੱਸਾਂ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾਂਦੀਆਂ ਨੇ, ਮਨਾ ਮੂੰਹੀ ਪੈਸੇ ਲੈਣ ਵਾਲੇ ਪਬਲਿਕ ਸਕੂਲ, ਪ੍ਰਾਈਵੇਟ ਸਕੂਲ, ਕੀ ਉਹ ਬੱਚਿਆਂ ਦੀ ਜਾਨ ਦੀ ਰਖਵਾਲੀ ਨਹੀਂ ਕਰ ਸਕਦੇ? ਉਸ ਜਿਹੜੀ ਉਹ ਵੈਨ ਸੀ ਉਹਦੇ ਵਿੱਚ ਕੋਈ ਅੱਗ ਬੁਝਾਊ ਯੰਤਰ ਤੱਕ ਨਹੀਂ ਸੀ। ਮੈਂ ਮਾਪਿਆਂ ਨੂੰ ਵੀ ਬੇਨਤੀ ਕਰਾਂਗਾ, ਆਪਾਂ ਕਿੰਨੇ ਕਿੰਨੇ ਪੈਸੇ ਦਿੰਦੇ ਹਾਂ ਆਪਣੇ ਬੱਚਿਆਂ ਦੇ ਲਈ, ਉਹਨਾਂ ਬੱਚਿਆਂ ਨੂੰ ਜਦੋਂ ਆਪਾਂ ਸਕੂਲੇ ਭੇਜਦੇ ਹਾਂ, ਤਾਂ ਇਹ ਜ਼ਰੂਰ ਧਿਆਨ ਮਾਰ ਕੇ ਵੇਖੋ ਕਿ ਜਿਹੜੀ ਸੀਟ ਹੈ ਸਕੂਲ ਦੀ ਬੱਸ ਦੀ, ਉਹਦੇ 'ਤੇ ਕੀ ਦੋ ਬੱਚੇ ਬਹਿ ਸਕਦੇ, ਜਾਂ ਇੱਕ ਬਹਿ ਸਕਦਾ, ਜਾਂ ਤਿੰਨ ਬਹਿ ਸਕਦੇ ਨੇ? ਕਿ ਧੱਕੇ ਦੇ ਨਾਲ ਬੱਚਿਆਂ ਨੂੰ ਉਹ ਪਸ਼ੂਆਂ ਦੇ ਵਾਂਗੂ ਉਹਦੇ ਵਿੱਚ ਧੱਕਿਆ ਜਾ ਰਿਹਾ, ਕਈ ਵਾਰ ਐਸਾ ਹੁੰਦਾ।
ਤੇ ਮੇਰੇ ਬੱਚੇ ਜਿੱਥੇ ਪੜ੍ਹਦੇ ਨੇ ਮੈਂ ਵੀ ਉਸ ਸਕੂਲ ਦੇ ਨਾਲ ਕਈ ਵਾਰ ਫਾਈਟ ਕਰ ਚੁੱਕਾ ਕਿਉਂਕਿ ਬਹੁਤ ਵਾਰ ਅਣਗਹਿਲੀ ਉਹ ਲੋਕ ਕਰਦੇ ਨੇ ਤੇ ਸਾਨੂੰ ਫਾਈਟ ਕਰਨੀ ਪੈਂਦੀ ਹੈ। ਬੜਾ ਦੁੱਖ ਹੋਇਆ ਮੈਂ ਸਵੇਰ ਦਾ ਦਿਮਾਗ ਵਿੱਚ ਇਹੀ ਗੱਲ ਆਈ ਜਾ ਰਹੀ ਹੈ ਕਿ ਨਿੱਕੇ ਨਿੱਕੇ ਬੱਚੇ ਕਿੱਦਾਂ ਸੜੇ ਨੇ ਉਹਦੇ ਵਿੱਚ, ਕਿਵੇਂ ਉਹ ਛੋਟੇ ਛੋਟੇ ਬੱਚਿਆਂ ਦੀਆਂ ਜਾਨਾਂ ਗਈਆਂ ਹੋਣਗੀਆਂ, ਕਿੱਦਾਂ ਨਿੱਕੇ ਨਿੱਕੇ ਬੱਚੇ ਰੋਏ ਹੋਣਗੇ, ਕੁਰਲਾਏ ਹੋਣਗੇ, ਕਿੱਦਾਂ ਉਹਨਾਂ ਨੇ ਚੀਕਾਂ ਮਾਰੀਆਂ ਹੋਣਗੀਆਂ, ਕਿੰਨਾ ਮਾੜਾ ਹਾਲ ਉਹਨਾਂ ਬੱਚਿਆਂ ਦਾ ਹੋਇਆ ਹੋਵੇਗਾ। ਉਹ ਛੋਟੇ ਛੋਟੇ ਬੱਚੇ ਜਿਹੜੇ ਵਿਚਾਰੇ ਆਪਣੇ ਆਪ ਨੂੰ ਸੰਭਾਲਣ ਜੋਗੇ ਨਹੀਂ ਸੀ, ਉਹਨਾਂ ਨੇ ਭੱਜ ਕੇ ਕਿੱਥੋਂ ਬਾਹਰ ਨਿਕਲਣਾ ਸੀ, ਕਿਹਦੀ ਜ਼ਿੰਮੇਵਾਰੀ ਸੀ, ਇਹ ਸਾਰਾ ਕੁਝ ਕਿਉਂ ਹੋਇਆ, ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ 'ਤੇ ਕੇਸ ਹੋਣੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਨੇ ਇਹੋ ਜਿਹੀਆਂ ਕਰਤੂਤਾਂ ਕੀਤੀਆਂ ਨੇ। ਸਕੂਲ ਦੀਆਂ ਬੱਸਾਂ ਦਾ ਵੱਧ ਤੋਂ ਵੱਧ ਸਹੀ ਤਰੀਕੇ ਨਾਲ ਖਿਆਲ ਰੱਖਿਆ ਜਾਣਾ ਚਾਹੀਦਾ ਵੀ ਜਿਹੜੇ ਬੱਚੇ ਨੇ ਆਪਾਂ ਭੇਜ ਰਹੇ ਹਾਂ, ਜਿਨ੍ਹਾਂ ਨੂੰ ਆਪਾਂ ਮਣਾ ਮੋਹੀ ਹਜ਼ਾਰਾਂ ਰੁਪਈਏ ਦਿੰਦੇ ਹਾਂ ਮੰਥਲੀ, ਕੀ ਉਹ ਬੱਚੇ ਸਾਡੇ ਸੁਰੱਖਿਅਤ ਰੱਖ ਰਹੇ ਨੇ, ਸਹੀ ਰੱਖ ਰਹੇ ਨੇ? ਆਪਣੇ ਬੱਚਿਆਂ ਦੀ ਖੁਦ ਕੇਅਰ ਕਰੋ ਵੀਰੋ ਭੈਣੋ, ਬੱਚੇ ਬਹੁਤ ਕੀਮਤੀ ਨੇ, ਬੱਚਿਆਂ ਨੂੰ ਕੋਈ ਦਰਦ ਨਾ ਹੋਵੇ, ਆਪਾਂ ਰਾਤ ਦਿਨ ਇਹੀ ਚਾਹੁੰਦੇ ਹਾਂ। ਪਰ ਉਹ ਛੋਟੇ ਛੋਟੇ ਬੱਚਿਆਂ ਦੀਆਂ ਸੜੀਆਂ ਹੋਈਆਂ ਮ੍ਰਿਤਕ ਦੇਹਾਂ ਵੇਖ ਕੇ ਰਿਹਾ ਨਹੀਂ ਗਿਆ, ਦਿਲ ਕੰਬ ਗਿਆ ਵੇਖ ਕੇ ਕੀ ਹੋਇਆ ਹੈ, ਕਿੱਦਾਂ ਉਹ ਮਾਪੇ ਰੋ ਰਹੇ ਨੇ, ਕੁਰਲਾ ਰਹੇ ਨੇ, ਉਹ ਮਾਂ ਬਾਪ ਕਿਵੇਂ ਚੀਕ ਚਿਹਾੜਾ ਪਿਆ ਹੋਇਆ ਹੈ ਵੀ ਸਵੇਰੇ ਅਜੇ ਤਿਆਰ ਕਰਕੇ ਬੱਚੇ ਭੇਜੇ ਨੇ ਤੇ ਕੀ ਬਣ ਕੇ ਸਾਡੇ ਬੱਚੇ ਸਾਡੇ ਕੋਲ ਆਏ, ਜਿਨ੍ਹਾਂ ਨੂੰ ਆਪਾਂ ਵੇਖ ਵੀ ਨਹੀਂ ਸਕੇ, ਜਿਨ੍ਹਾਂ ਨੂੰ ਆਪਾਂ ਪਿਆਰ ਵੀ ਨਹੀਂ ਕਰ ਸਕੇ। ਉਹ ਬੱਚੇ ਕੀ ਸੋਚ ਕੇ ਸਕੂਲੋਂ ਚੱਲੇ ਨੇ ਤੇ ਕੀ ਰਸਤੇ ਦੇ ਵਿੱਚ ਭਾਣਾ ਵਾਪਰ ਗਿਆ। ਪਰ ਇਹ ਸਭ ਕੁਝ ਜੋ ਹੋਇਆ ਇਹਨੂੰ ਆਪਾਂ ਅਣਗਹਿਲੀ ਕਹਿੰਦੇ ਹਾਂ, ਇਹ ਅਣਗਹਿਲੀ ਹੈ। ਅਮੈਰੀਕਾ ਵਰਗੀਆਂ ਕੰਟਰੀਆਂ ਜਿੱਥੇ ਮੈਂ ਰਹਿ ਰਿਹਾ, ਜਿੱਥੇ ਆਪਾਂ ਰਹਿ ਰਹੇ ਹਾਂ, ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਣ ਤੇ ਅਗਲੇ ਸਾਰੇ ਨੂੰ ਸੂੜੀ ਟੰਗ ਦੇਣਗੇ। ਪਰ ਸਾਡੇ ਦੇਸ਼ ਵਿੱਚ ਸ਼ਰੇਆਮ ਸਭ ਕੁਝ ਹੁੰਦਾ, ਕਦੇ ਨਗਰ ਕੀਰਤਨ ਦੇ ਵਿੱਚ ਟਰਾਲੀ ਦੇ ਵਿੱਚ ਪਏ ਹੋਈ ਆਤਿਸ਼ਬਾਜ਼ੀ ਨੂੰ ਅੱਗ ਲੱਗ ਜਾਂਦੀ ਹੈ, ਕਿੰਨੀਆਂ ਮੌਤਾਂ ਹੋ ਜਾਂਦੀਆਂ ਨੇ, ਕਦੇ ਸਕੂਲੀ ਬੱਸਾਂ ਦੇ ਨਾਲ ਭਾਣੇ ਵਾਪਰ ਜਾਂਦੇ ਨੇ, ਕਦੇ ਸਕੂਲਾਂ ਦੇ ਵਿੱਚ ਬੱਚੀਆਂ ਦੇ ਨਾਲ ਰੇਪ ਹੋ ਜਾਂਦੇ ਨੇ, ਕਦੇ ਕੁਛ ਕਦੇ ਕੁਛ। ਇਹ ਸਭ ਕੁਝ ਬਹੁਤ ਧਿਆਨ ਗੋਚਰਾ ਰੱਖਣ ਦੀ ਜ਼ਰੂਰਤ ਹੈ। ਔਰ ਮੈਂ ਰਹਿ ਨਹੀਂ ਸੀ ਸਕਿਆ ਇਹ ਸ਼ਬਦ ਆਪ ਜੀ ਨਾਲ ਸਾਂਝੇ ਕਰਨ ਤੋਂ, ਕਿਉਂਕਿ ਮੈਂ ਵੀ ਬੱਚਿਆਂ ਵਾਲਾ, ਮੇਰੇ ਵੀ ਨਿੱਕੇ ਨਿੱਕੇ ਬੱਚੇ ਨੇ ਜਿਨ੍ਹਾਂ ਨੂੰ ਮੈਂ ਛੱਡ ਕੇ ਇੱਥੇ ਅਮਰੀਕਾ ਵਿੱਚ ਰਹਿ ਰਿਹਾ। ਉਹ ਨਿੱਕੇ ਨਿੱਕੇ ਬੱਚਿਆਂ ਨੂੰ ਜਦੋਂ ਆਪਾਂ ਸਕੂਲ ਭੇਜਦੇ ਹਾਂ, ਸਕੂਲ ਤੋਰਦੇ ਹਾਂ, ਅਤੇ ਸਾਡੇ ਮਨ ਵਿੱਚ ਇੱਕ ਚਾਹਨਾ ਹੁੰਦੀ ਵੀ ਜਦੋਂ ਬੱਚੇ ਸਕੂਲ ਜਾਣ, ਵੀਡੀਓ ਕਾਲ ਕਰਕੇ ਬੱਚਿਆਂ ਨਾਲ ਗੱਲ ਕਰੀਦੀ ਹੈ, ਫਿਰ ਜਦੋਂ ਸਕੂਲ ਤੋਂ ਵਾਪਸ ਬੱਚੇ ਆਉਂਦੇ ਨੇ ਰਾਤ ਨੂੰ, ਫਿਰ ਸ਼ਾਮ ਨੂੰ ਫਿਰ ਮਨ ਵਿੱਚ ਚਾਹਨਾ ਹੁੰਦੀ ਬੱਚਿਆਂ ਨਾਲ ਗੱਲ ਕਰੀਏ, ਬੱਚਿਆਂ ਨੂੰ ਦੇਖੀਏ। ਬੱਚੇ ਅਮੋਲਕ ਦਾਤ ਹੈ, ਉਹਨਾਂ ਨੂੰ ਸਾਂਭ ਕੇ ਰੱਖੋ। ਅਤੇ ਜੋ ਇਹੋ ਜਿਹੀਆਂ ਅਣਗਹਿਲੀਆਂ ਹੋ ਰਹੀਆਂ ਨੇ ਉਹਨਾਂ 'ਤੇ ਸ਼ਿਕੰਜਾ ਜ਼ਰੂਰ ਕੱਸੀਏ ਆਪਾਂ ਸਾਰੇ ਰਲ ਮਿਲ ਕੇ। ਅਖੀਰ ਦੇ ਵਿੱਚ ਉਹਨਾਂ ਬੱਚਿਆਂ ਦੇ ਲਈ ਅਰਦਾਸ ਹੈ, ਮਾਲਕ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ, ਮਾਲਕਾ ਕਿਰਪਾ ਕਰੀ ਉਹ ਜਿਹੜੇ ਬੱਚੇ ਜਿਉਂਦੇ ਸੜ ਕੇ ਸਵਾਹ ਹੋ ਗਏ ਨੇ, ਹੇ ਵਾਹਿਗੁਰੂ ਜੀ, ਆਉਣ ਵਾਲੇ ਸਮੇਂ ਵਿੱਚ ਕਦੇ ਕੁਝ ਐਸਾ ਨਾ ਹੋਵੇ, ਲੋਕਾਂ ਨੂੰ ਸਮੱਤ ਬਖਸ਼ੀ ਮਾਲਕਾ, ਵਾਹਿਗੁਰੂ ਸਮੱਤ ਬਖਸ਼ਿਸ਼ ਕਰੀ ਲੋਕਾਂ ਨੂੰ, ਤਾਂ ਕਿ ਇਹੋ ਜਿਹੀਆਂ ਅਣਗਹਿਲੀਆਂ ਨਾ ਹੋਣ ਅਤੇ ਨਿੱਕੀਆਂ ਨਿੱਕੀਆਂ ਜਿੰਦੜੀਆਂ ਜਿਨ੍ਹਾਂ ਨੇ ਅਜੇ ਦੁਨੀਆਂ ਵੇਖਣੀ ਹੈ ਉਹਨਾਂ ਦੇ ਨਾਲ ਕਦੇ ਕੋਈ ਇਹੋ ਜਿਹਾ ਭਾਣਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।